घट्टो घट 300 बिघे तो 3 कोल जायदाद है। कोई माड़े घर का धी पुत नहीं है, बहुत तकड़ा कारोबार है। ਆਂਦੇ ਹੋ ਹਰਫ ਜੀ ਮੈਨੂੰ ਦਵਾ ਸਾਡਾ ਭਤੀਜਾ ਹੀ ਹੈ ਬਈ। ਅੱਛਾ ਭਤੀਜਾ ਹੀ ਹੈ ਜੀ। ਹਾਂ ਤੇ ਜਿਵੇਂ ਗੱਲ ਗਵਾਂਢੀ ਵੀ ਆ। ਅੱਛਾ ਗਵਾਂਢੀ ਵੀ ਹੈ, ਕਿੰਨੇ ਭੈਣ ਭਰਾ ਨੇਗੇ? ਇਹ ਜਾਣ ਕੇ ਦੋਏ ਭਰਾ ਨੇ। ਉਦੋਂ ਦੀ ਵਾਫੇ ਕਰਪਦੇ ਹੋ ਚੰਡੀਗੜ੍ਹ ਹੀ ਰਹਿੰਦੇ ਨੇ। ਅੱਛਾ ਪਤਨੀ ਚੰਡੀਗੜ੍ਹ ਰਹਿੰਦੀ? ਹਾਂ ਜੀ, ਉਹ ਤਾਂ ਉਹਦੇ ਨਾਲ ਹੀ ਰਹਿੰਦੇ ਨੇ। ਹਾਂ ਤੇ ਪਿਤਾ? ਪਿਤਾ ਇਹਦਾ ਡੈਥ ਹੋ ਗਈ ਸੀ ਜੀ ਉਹਦੀ ਬਹੁਤ ਸਾਲ ਪਹਿਲਾਂ ਦੀ। ਕੋਈ ਵੀ ਗਾਣਾ ਦੇ ਮੋਬਾਈਲ ਤੇ ਪਹਿਲਾਂ ਸੁਣਦੇ ਆ ਜੀ। ਯਾਦ ਹੈ ਕੋਈ ਗਾਣਾ? ਹਾਂ ਜੀ, ਗਾਣੇ ਤਾਂ ਸਾਰੇ ਯਾਦ ਨੇ ਜੀ। ਇੱਕ ਸੁਣਾ ਦਿਓ ਫਿਰ। ਨਹੀਂ, ਗਾਣੇ ਸੁਣਾਉਣ ਨਾ, ਇੱਕ ਗਾਣਾ ਮਤਲਬ ਸਭ ਤੋਂ ਵਧੀਆ ਗਾਣਾ ਸੀਗਾ ਜੀ, ਹੈਨਾ? ਸਾਡੇ ਪਿੰਡ ਦੇ ਮੁੰਡੇ ਨੇ ਲਿਖਿਆ ਸੀ, ਮਾਟੀ ਨੇ ਸਾਡੇ ਲਈ ਕਿਲੇ ਬਣ ਗਿਆ, ਸੜਕਾਂ ਨੇ ਪਾਤਸ਼ਾਹ ਨਾ, ਇਹ ਗਾਣੇ ਨੇ ਮਤਲਬ ਬਹੁਤ ਸੋਹਣਾ ਇੱਕ ਮਤਲਬ ਕਿਸਾਨੀ ਅੰਦੋਲਨ ਨੂੰ ਹੰਗਾਰਾ ਦਿੱਤਾ। ਸਾਡੇ ਲਈ ਕਿਲੇ ਬਣ ਗਿਆ, ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਿਆ, ਸੜਕਾਂ ਨੇ ਪਾਤਸ਼ਾਹ। ਕਿਸੇ ਵੀ ਕੋਈ ਪ੍ਰੋਗਰਾਮ ਜਦੋਂ ਪਿੰਡ 'ਚ ਹੁੰਦਾ ਹੈ ਨਾ, ਉਹ ਜ਼ਰੂਰ ਆਪਦੀ ਹਾਜ਼ਰੀ ਲਵਾ ਕੇ ਜਾਣਾ ਹੀ ਜਾਣਾ ਉਹ ਮੁੰਡੇ ਨੇ। ਉਹਨੇ ਕਦੇ ਹੰਕਾਰ ਨਹੀਂ ਕੀਤਾ ਵੀ ਮਤਲਬ ਮੈਂ ਇੱਥੇ ਤੱਕ ਪਹੁੰਚ ਗਿਆ ਵੀ ਆਪਦੇ ਪਿਛੋਕੜ ਛੱਡ ਜੇ ਬੰਦਾ, ਹੈ ਨਾ? ਉਹਨੇ ਪੈਰ ਨਹੀਂ ਛੱਡੇ ਜੀ ਬੰਦੇ ਨੇ ਆਪਦੇ, ਠੀਕ ਹੈ ਨਾ? ਪਿੰਡ ਨਾਲ ਪੈਰ ਜੋੜ ਕੇ ਰੱਖੇ ਨੇ ਉਹ ਬੰਦੇ ਨੇ ਆਪਦੇ। ਉਹਦਾ ਇਹੀ ਗਾਣਾ ਸੀ ਜੀ, ਜਦੋਂ ਕਿਸਾਨੀ ਅੰਦੋਲਨ ਚੱਲ ਰਹੀ, ਕਹਿੰਦਾ ਉਹ ਸਾਰੇ ਹੱਕੋ ਟਰਾਲੀਆਂ, ਗੱਲ ਨਹੀਂ ਬਣਨੀ ਕੈਂਟਰ ਨਾਲ, ਖਿੱਚੋ ਜੱਟਾ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ। ਸਤਿ ਸ਼੍ਰੀ ਅਕਾਲ, ਬੋਲੀ ਹੌਲੀ ਬਾਬਾ ਦੇ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਾਂ ਵੀਰਪਾਲ ਸ਼ੇਰਗਿੱਲ। ਅੱਜ ਅਸੀਂ ਪਹੁੰਚੇ ਹਾਂਗੇ ਪਿੰਡ ਚੀਮਾ ਮੰਡੀ ਵਿਖੇ। ਦੱਸ ਦਈਏ ਕਿ ਨਾਨਕਸਰ ਚੀਮਾ ਵੀ ਇਸ ਪਿੰਡ ਨੂੰ ਕਿਹਾ ਜਾਂਦਾ ਅਤੇ ਇਹ ਪਿੰਡ ਹੈ ਹਰਫ ਚੀਮੇ ਦਾ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ ਹੈ ਆਪਣਾ। ਬਹੁਤ ਸਾਰੇ ਗੀਤ ਉਹਨਾਂ ਦੇ ਕਿਸਾਨੀ ਅੰਦੋਲਨ ਨੂੰ ਲੈ ਕੇ ਆ ਚੁੱਕੇ ਨੇ ਅਤੇ ਇਸੇ ਦੇ ਨਾਲ ਹੀ ਜੇਕਰ ਮੈਂ ਗੱਲ ਕਰਾਂ ਕਿ ਗਾਇਕੀ ਦੇ ਸਫ਼ਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਿਹੜਾ ਹਰਫ ਚੀਮੇ ਨੇ ਬਣਾਇਆ, ਉਹਨਾਂ ਦੇ ਪਿੰਡ ਦੇ ਵਿੱਚ ਖੜ੍ਹੇ ਹਾਂਗੇ, ਉਹਨਾਂ ਦੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਉਹ ਕੀ ਸੋਚਦੇ ਨੇ ਹਰਫ ਚੀਮਾ ਨੂੰ ਲੈ ਕੇ ਅਤੇ ਜਿਹੜਾ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਜਿਹੜੀ ਭੂਮਿਕਾ ਉਹ ਨਿਭਾਈ ਆ ਉਸ ਨੂੰ ਲੈ ਕੇ ਕਿਵੇਂ ਦੇਖਦੇ ਨੇ ਪਿੰਡ ਵਾਸੀ ਅਤੇ ਉਹਨਾਂ ਦਾ ਬਚਪਨ ਇਸ ਪਿੰਡ ਦੇ ਵਿੱਚ ਬੀਤਿਆ ਅਤੇ ਕਿਵੇਂ ਦਾ ਬਚਪਨ ਰਿਹਾ ਅਤੇ ਉਸ ਤੋਂ ਬਾਅਦ ਗਾਉਣ ਦੀ ਸ਼ੁਰੂਆਤ ਕਿਵੇਂ ਹੋਈ, ਪਿੰਡ ਦੇ ਲੋਕ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਕੀ ਹਾਲ ਚਾਲ? ਹਾਲ ਚਾਲ ਬਹੁਤ ਵਧੀਆ ਜੀ। ਸਰ, ਹਰਫ ਚੀਮਾ ਤੁਹਾਡੇ ਪਿੰਡ ਦਾ ਹੀ ਹੈ? ਹਾਂਜੀ, ਵਾਰਡ ਨੰਬਰ 4 ਦਾ ਹੀ ਹੈ ਜੀ। ਅਸੀਂ ਵਾਰਡ ਨੰਬਰ 4 ਦੇ ਰਹਿਣ ਵਾਲੇ ਹਾਂ। ਹਰਫ ਚੀਮੇ ਦਾ ਮੈਂ ਤਾਇਆ ਜੀ ਲੱਗਦਾ। ਤਾਇਆ ਜੀ ਲੱਗਦੇ ਹਾਂ, ਬਹੁਤ ਵਧੀਆ। ਪਹਿਲਾਂ ਉਹਦੇ ਦਾਦਾ ਜੀ ਵੀ ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਰਹੇ ਨੇ। ਘੱਟੋ ਘੱਟ 300 ਬਿਘੇ ਤੋਂ 3 ਕੋਲ ਜਾਇਦਾਦ ਹੈ। ਕੋਈ ਮਾੜੇ ਘਰ ਦਾ ਧੀ ਪੁੱਤ ਨਹੀਂ ਹੈਗਾ, ਬਹੁਤ ਤਕੜਾ ਕਾਰੋਬਾਰ ਹੈ। ਅਤੇ ਕਿਸਾਨੀ ਅੰਦੋਲਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਪਹਿਲਾਂ ਜਦੋਂ ਗੱਡੀ ਦੀ ਲਾਈਨ 'ਤੇ ਸੁਨਾਮ ਇੱਥੇ ਵੀ ਆਉਂਦਾ ਰਿਹਾ ਗਾਉਣ, ਅਤੇ ਉਦੋਂ ਬਾਅਦ ਦਿੱਲੀ ਵੀ ਉਹਨਾਂ ਨੇ ਜਿਵੇਂ 377 ਦਿਨ ਅੰਦੋਲਨ ਚੱਲਿਆ, ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ, 2-3 ਕੈਸਟਾਂ ਵੀ ਕੱਢੀਆਂ ਨੇ। ਜੇ ਮੈਂ ਗੱਲ ਕਰਾਂ ਬਾਪੂ ਜੀ, ਉਹਨਾਂ ਨੇ ਗਾਉਣਾ ਕਿਵੇਂ ਸ਼ੁਰੂ ਕੀਤਾ ਸੀਗਾ, ਗਾਉਣ ਦੀ ਸ਼ੁਰੂਆਤ ਕਿਵੇਂ? ਗਾਉਣ ਦੀ ਸ਼ੁਰੂਆਤ ਤਾਂ ਜੀ ਉਰੇ ਸਾਨੂੰ ਇਹੀ ਪਤਾ ਲੱਗਿਆ ਸੀ ਵੀ ਉਹ ਉਰੋਂ ਇੱਕੋ ਦੀ ਮਾਸੀ ਦਾ ਮੁੰਡਾ ਚੰਡੀਗੜ੍ਹ ਚਲੇ ਗਏ, ਪਹਿਲਾਂ ਅਕੈਡਮੀ ਦੇ ਵਿੱਚ ਪੜ੍ਹਿਆ, ਪੜ੍ਹਾਈ ਬਹੁਤ ਹੈ ਉਹਦੀ, ਬਸ ਫਿਰ ਸਾਨੂੰ ਤਾਂ ਬਾਅਦ ਵੀ ਪਤਾ ਲੱਗਿਆ ਵੀ ਇਹ ਗਾਉਣ ਲੱਗ ਗਿਆ। ਗਾਉਣ ਲੱਗ ਗਿਆ? ਹਾਂਜੀ। ਹੁਣ ਮਾਨ ਹੁੰਦਾ ਤੁਹਾਡੇ ਪਿੰਡ ਦਾ ਰਹਿਣ ਵਾਲਾ? ਸਾਨੂੰ ਜੀ ਉਰੇ ਕਨਵਰ ਗਰੇਵਾਲ ਦੇ ਨਾਲ ਸਾਡੇ 2-3 ਪ੍ਰੋਗਰਾਮ ਕਰਕੇ ਗਿਆ ਅਤੇ ਸਾਨੂੰ ਅਸੀਂ ਫਿਰ ਉਹਨੂੰ ਮਿਲਦੇ ਹਾਂ ਅਤੇ ਬਹੁਤ ਦੂਰੋਂ ਆ ਕੇ ਜੱਫੀ ਪਾ ਕੇ ਮਿਲਦਾ, ਕੋਈ ਇਹੋ ਜਿਹੀ ਗੱਲ ਨਹੀਂ। ਪਿੰਡ 'ਚ ਖਾੜਾ ਲਾ ਕੇ? ਹਾਂਜੀ ਹਾਂ। ਇੱਧਰ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਬਾਪੂ। ਸਤਿ ਸ਼੍ਰੀ ਅਕਾਲ ਬਾਈ। ਜਾਣਦੇ ਹੋ ਹਰਫ ਚੀਮਾ ਨੂੰ? ਦਵਾਂ, ਸਾਡਾ ਭਤੀਜਾ ਹੀ ਹੈ ਬਾਈ। ਅੱਛਾ, ਭਤੀਜਾ ਹੀ ਹੈ? ਹਾਂ। ਤੇ ਜਿਵੇਂ ਗੱਲ ਗਵਾਂਢੀ ਵੀ ਆ? ਅੱਛਾ, ਗਵਾਂਢੀ ਵੀ ਹੈ। ਕਿੰਨੇ ਭੈਣ ਭਰਾ ਨੇਗੇ? ਇਹ ਜਾਣ ਕੇ 2 ਭਰਾ ਨੇ। ਅੱਛਾ, 2 ਭਰਾ ਨੇਗੇ। ਜਿਹੜੇ ਪਿਤਾ ਸੀ ਉਹਨਾਂ ਦੇ, ਉਹ ਕੀ ਕੰਮ ਕਰਦੇ ਸੀ? ਖੇਤੀ ਦਾ। ਅੱਛਾ, ਖੇਤੀ ਦਾ ਕੰਮ ਕਰਦੇ ਸੀਗੇ। ਤੇ ਫਿਰ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਤਾਂ ਉਹਦੀ ਮਾਤਾ ਜੀ ਆ ਜੀ, ਜੇ ਉਹਦਾ ਭਰਾ ਜੀ ਆ ਜੀ। ਹੋਰ ਇੰਨਾ ਬਾਈ ਵਾਲਾ ਬੋਲਣਾ ਨਹੀਂ ਆਉਂਦਾ ਸਾਨੂੰ। ਉਹ ਚੰਡੀਗੜ੍ਹ ਰਹਿੰਦੇ ਨੇ। ਕਿਵੇਂ ਜੀ? ਤੁਹਾਨੂੰ ਉਹ ਤਾਂ ਦੀ ਵਾਫੇ ਕਰਪਦੇ ਉਹ ਚੰਡੀਗੜ੍ਹ ਹੀ ਰਹਿੰਦੇ ਨੇ। ਅੱਛਾ, ਪਤਨੀ ਚੰਡੀਗੜ੍ਹ ਰਹਿੰਦੀ? ਹਾਂ ਜੀ, ਉਹ ਤਾਂ ਉਹਦੇ ਨਾਲ ਹੀ ਰਹਿੰਦੇ ਨੇ। ਹਾਂ। ਤੇ ਪਿਤਾ? ਪਿਤਾ ਦੀ ਡੈਥ ਹੋ ਗਈ ਸੀ ਜੀ ਉਹਦੀ ਬਹੁਤ ਸਾਲ ਪਹਿਲਾਂ ਦੀ। ਕਾਫੀ ਟਾਈਮ ਹੋ ਗਿਆ ਪਿਤਾ ਦੀ ਡੈਥ? ਹਾਂ ਜੀ, ਮੈਨੂੰ ਤਾਂ ਤਕਰੀਬਨ 2008-09 ਦੇ ਵਿੱਚ ਉਹਦੇ ਪਿਤਾ ਡੈਥ ਹੋ ਗਈ ਸੀਗੀ ਜੀ। ਹਾਂ ਜੀ। ਤੇ ਜੇ ਮੈਂ ਗੱਲ ਕਰਾਂ ਕਿ ਨਾਨਕੇ ਕਿਹੜੇ ਪਿੰਡ ਹੈ? ਉਹਦੇ ਨਾਨਕੇ ਜੀ ਰੋਗਲੇ ਨੇ ਮੈਨੂੰ ਲੱਗਦਾ ਜੀ। ਖੇਤਲੇ ਨੇ ਉਹਦੇ ਨਾਨਕੇ ਜੀ ਸ਼ਾਇਦ। ਹਾਂ। ਖੁਸ਼ੀ ਹੁੰਦੀ ਹੈ ਜਦੋਂ ਬਹੁਤ ਲੋਕ ਜਾਣਦੇ ਆ ਹਰਫ ਜੀ? ਬਹੁਤ ਮਾਣ ਹੁੰਦਾ ਜੀ, ਜੇ ਸਾਡੇ ਪਿੰਡ ਦਾ ਮੁੰਡਾ ਜੀ, ਮਾਣ ਤਾਂ ਕਿਵੇਂ ਨਾ ਹੋਵੇ। ਪਿੰਡ ਦੇ ਮੁੰਡੇ ਦਾ ਕੋਈ ਵੀ ਪਿੰਡ ਦਾ ਕੁੱਤਾ ਮਾਣ ਨਹੀਂ ਹੁੰਦਾ ਜੀ। ਇਹਦਾ ਮੁੰਡਾ ਜੀ ਫਿਰ ਵੀ ਗਾਉਂਦਾ ਜੀ, ਮਤਲਬ ਪੂਰੇ ਇੰਡੀਆ 'ਚ ਪੂਰੇ 'ਚ ਨਾਂ ਚੱਲਦਾ ਮੁੰਡੇ ਦਾ, ਹੈ ਨਾ? ਇਹਦਾ ਮਾਣ ਤਾਂ ਹੁੰਦਾ ਹੀ ਹੈ ਜੀ ਆਪਦੇ ਕਿਸੇ ਵੀ ਕੋਈ ਬੱਚੇ 'ਤੇ।
माण तो जरूरी है ना जी, ये तो आप जो माण नहीं करा फिर यह बच्चे अगे भी नहीं बदलेंगे जी, है ना। जे पिंडो कॉम्पीटिशन मिलेगा तो यह बच्चे अगे बदलेंगे। कोई भी है जी गाने सुन दे हर ला जी गाने जरूर, कोई भी गाना दे मोबाइल से पहला सुनते हैं जी। याद है कोई गाना जी? गाने तो सारी याद ने जी। एक सुना दो फिर। नहीं गाने सुनाउन सुन ना, एक गाना मतलब सब तो बढ़िया गाना थी जी, है ना। साडे पिंड दे मुंडे ने लिखा थी, माटी ने साडे लिए किले बन गया सड़कां ने पाशा ना, ये गाने ने मतलब बहुत सोहना एक मतलब किसान अंदोलन हंगारा दिता। साडे पिंड दे मुंडे ने लिखा थी, ठीक है ना। वो मुंडा मतलब बाहर रहिंदा कनेडा, माटी चीमा है वो कनेडा जॉब करता मुंडा साडा, तो वह भी मुंडे माण हों माटी से भी तो ये हरपते भी सूँ तो जी माण तो होंगे ही है जी पिंड के किसी भी बच्चे तो जरूरी है जी। तो इधर होर बापू जी साढ़े नाल सत श्रीकाल जी। श्रीकाल जी, की हाल चाल? ठीक ठाक जी, बहुत वधिया। तो जे आप गल करिए कि माण हों पिंड का है हरप हरफ जिमा थोड़े पिंड देने गे? हाँ जी बहुत माण। गाने सुनते हो फिर? हाँ जी। चंगे लगते हैं गाने? बहुत वधिया जी, वधिया। सारा बचपन उन्होंने इसे पिंड के बीच बीत इतें भी बीते जी? अजकल भी इतें रेंगे? इतने आ जी, हूँ चंडीगढ़ रेंगे ने ज्यादा। उन्होंने शहरी माण तो सीखा सी गाना पहला, शहरी माण को। अच्छा जी, शहरी माण तो सीखा सी उन्होंने नाल दोस्ती सी उन्होंने? हाँ जी, शहरी माण नाल दोस्ती। सारे मतलब आए थे जो प्रोग्राम से भी, सारे मुंडे जो कट्ठे पढ़े ने आते रहते ने। हम मेला सी 15-16 मार्च का, आप हरफ चीमा आके गया जी, मतलब उरे साडे मेले ते मत्था मत्था टेक के संतां दे समागम ते आउंदे रहिंदे ने जी। मतलब कोई भी प्रोग्राम वधिया जो भी जां टूरनामेंट हुंदे ने किसी भी, कोई प्रोग्राम जो पिंड च हुंदा है ना, वो जरूर आपकी हाजरी लवा के जाने जाने मुंडे ने। उन्हें कदे हंकार नहीं किया भी मतलब मैं इत्थे तक पहुँच गया भी आपके पिछोकड़ छड्ड जे बंदा, है ना। उन्हें पैर नहीं छड्डे जी बंदे ने आपके, ठीक है ना, पिंड नाल पैर जोड़ के रखे ने वो बंदे ने आपके। भी जदों आउंदे ने फिर वधिया मिलदे? बहुत वधिया जी। असीं आप मैं खुद आप जी असीं 14 अगस्त नूं जो उत्थे दिल्ली गए हुए सी ना, उन्हां दा प्रोग्राम सीगा जी टिकरी बार्डर ते, सारे भाई हुरी सारी तिकन बरूरी सारे मतलब बहुत जिम्मे रविंद्र गरेवाल हुरी बहुत सारे कलाकार से ना, असीं मतलब बहुत दूर बैठे से। वो बंदे ने गाँवे गाँवे ने देख लिया भी साढ़े पिंडों मुंडे आए हुए ने, उन्हें उत्तों स्टेज तो बुलाए भी यार मेरे पिंड के मुंडे स्टेज पर आओ, ठीक है ना। ऐ तो जी आप ही माण हुंदा जदों बंदा बुलाउंदा, है ना। हाँ जी वो बंदा मतलब पढ़िया उरे साडे अकैडमी च, असी तो मतलब चलो जी सरकारी सरकूरियां जी पढ़िया, वो बंदा काल अकैडमी च पढ़िया जी। ਸਤਿ ਸ਼੍ਰੀ ਅਕਾਲ ਬਾਪੂ। ਸਤਿ ਸ਼੍ਰੀ ਅਕਾਲ ਜੀ। ਹਰਫ ਚੀਮਾ ਤੁਹਾਡੇ ਪਿੰਡ ਦਾ ਹੈਗਾ, ਜਦੋਂ ਹੁਣ ਵੀ ਪਿੰਡ ਆਉਂਦਾ ਤਾਂ ਮਿਲਦਾ ਫਿਰ? ਹਾਂ ਜੀ ਮਿਲ ਕੇ ਜਾਂਦਾ, ਵਧੀਆ ਆਉਂਦਾ ਖੇਡਦਾ ਹੈ, ਨੌਜਵਾਨ ਮੁੰਡਾ ਹੈ ਚੰਗੇ ਨਾਲ, ਉਹਦੇ ਨਾਲ ਮੁੰਡੇ ਵੀ ਕੰਮ ਕਰਦੇ ਨੇ ਜੀ। ਹਾਂ ਜੀ। ਤੇ ਗਾਣੇ ਵਧੀਆ ਲੱਗਦੇ? ਗਾਣੇ ਬਹੁਤ ਵਧੀਆ ਜੀ। ਕਿਤੇ ਇਹ ਤਾਂ ਨਹੀਂ ਆ ਬਾਪੂ ਜੀ ਵੀ ਹੁਣ ਵੱਡਾ ਸਿੰਗਰ ਬਣ ਗਿਆ ਜਾਂ ਫਿਰ ਕੋਈ ਹੰਕਾਰ ਸਿੰਗਰ ਵਾਲਾ ਕਈਆਂ ਚ ਆ ਜਾਂਦਾ? ਹੰਕਾਰ ਆ ਉਹ ਸਾਰੇ ਲਾਣੇ 'ਚ ਹੀ ਨਹੀਂ ਹੈਗਾ ਜੀ। ਹਾਂ ਜੀ ਵਧੀਆ ਮਿਲ ਕੇ ਜਾਂਦੇ ਆ ਸਭ। ਪਹਿਲਾਂ ਪੰਚਾਇਤ ਮੈਂਬਰ ਵੀ ਰਹੇ ਨੇ, ਪ੍ਰਧਾਨ ਵੀ ਰਹੇ ਨੇਗੇ ਜੀ, ਕਿਸੇ ਨੂੰ ਓਏ ਨਹੀਂ ਆਖੀ, ਹੱਥ ਬੰਨ ਕੇ ਬੇਨਤੀ ਕਰਦੇ ਰਹੇ ਨੇ। ਬਾਪੂ ਜੀ ਫਿਰ ਕੋਈ ਹਰਫ ਚੀਮੇ ਦਾ ਗਾਣਾ ਯਾਦ ਹੈ ਤੁਹਾਨੂੰ? ਹਾਂਜੀ, ਉਹਦਾ ਇਹੀ ਗਾਣਾ ਸੀ ਜੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ, ਕਹਿੰਦਾ ਆਓ ਸਾਰੇ ਹੱਕੋ ਟਰਾਲੀਆਂ, ਗੱਲ ਨਹੀਂ ਬਣਨੀ ਕੈਂਟਰ ਨਾਲ, ਖਿੱਚੋ ਜੱਟਾ ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ। ਬਿਲਕੁਲ, ਬਹੁਤ ਜਿਹੜੇ ਸ਼ਲਾਘਾਯੋਗ ਗਾਣੇ ਸੀਗੇ, ਬਹੁਤ ਪਸੰਦ ਕੀਤੇ ਗਏ ਲੋਕਾਂ ਦੇ ਵੱਲੋਂ। ਅਤੇ ਕਿਸਾਨੀ ਅੰਦੋਲਨ 'ਚੋਂ ਮੈਂ ਵੀ ਖੁਦ ਦਿੱਲੀ ਤੋਂ ਆਇਆ ਵਾਪਸ ਸਮਾਨ ਚੱਕ ਕੇ, ਉਦੋਂ ਦੋ ਗਾਣੇ ਚੱਲਦੇ ਤੇ ਹਰਿਆਣੇ ਦੇ ਵਿੱਚ, ਇੱਕ ਦਾ ਖਿੱਚੋ ਜੱਟਾ ਖਿੱਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ, ਇੱਕ ਚੱਲਦਾ ਸੀ ਚੱਕ ਲਓ ਰਿਵਾਲਵਰ ਰਾਫਲਾ ਕਬਜ਼ਾ ਲੈਣਾ ਏ, ਦੋ ਗਾਣੇ ਚੱਲਦੇ ਤੇ ਰਾਹ ਦੇ ਵਿੱਚ ਸਾਰੇ। ਅਤੇ ਇੱਧਰ ਕੁਝ ਨੌਜਵਾਨ ਵੀ ਨੇ। ਸਤਿ ਸ਼੍ਰੀ ਅਕਾਲ। ਹਰਫ ਚੀਮਾ ਤੁਹਾਡੇ ਪਿੰਡ ਦਾ ਰਹਿਣ ਵਾਲਾ, ਬਹੁਤ ਵੱਡਾ ਜਿਹੜਾ ਯੋਗਦਾਨ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਪਾਇਆ ਹੈਗਾ, ਕੀ ਕਹਿਣਾ ਚਾਹੋ? ਵਧੀਆ ਜੀ, ਉਹ ਸਾਡੇ ਪਿੰਡ ਦਾ ਮੁੰਡਾ ਜੀ। ਇੱਥੇ ਪਿੰਡ ਹੁਣ ਇੱਥੇ ਪਿੰਡ ਹੀ ਰਹਿੰਦੇ ਹੋ? ਹਾਂ ਪਿੰਡ ਵੀ ਆ ਜਾਂਦਾ, ਜ਼ਰੂਰ ਰਹਿੰਦਾ ਜੀ, ਆ ਕੇ ਮਿਲਦੇ ਆ? ਹਾਂ ਹਾਂ, ਸਾਰਿਆਂ ਨੂੰ ਮਿਲਦਾ ਜੀ। ਕਿਤੇ ਇਹ ਤਾਂ ਨਹੀਂ ਆ ਵੀ ਕਿਤੇ ਵੀ ਸਿੰਗਰ ਬਣ ਗਏ ਫਿਰ ਉਹਨਾਂ 'ਚ ਸਿੰਗਰ ਵਾਲੀ ਜਿਹੜੀ ਹੈਂਗੜ ਹੈ? ਅਸੀਂ ਤਾਂ ਖੇਡਦੇ ਰਹੇ ਹਾਂ ਜੀ, ਇਕੱਠਿਆਂ ਸਕੂਲ ਦੇ ਵਿੱਚ ਹੀ ਉਰੇ ਇਕੱਠੇ ਖੇਡਦੇ ਰਹੇ। ਭਾਅ ਪੱਖੋਂ ਜੇ ਗੱਲ ਕਰੀਏ ਤਾਂ ਕਿੱਦਾਂ ਦੇ ਨੇ ਹਰ? ਵਧੀਆ, ਬਹੁਤ ਵਧੀਆ ਨੇ। ਬਹੁਤ ਵਧੀਆ। ਅਤੇ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਰਫ ਚੀਮਾ ਤੁਹਾਡੇ ਪਿੰਡ ਦੇ ਨੇ, ਤੇ ਕਿੰਨਾ ਕੁ ਮਾਣ ਹੁੰਦਾ ਵੀ ਪਿੰਡ ਦੇ ਨੌਜਵਾਨ ਨੇ ਬਹੁਤ ਜਿਹੜਾ ਦੂਰ ਤੱਕ ਨਾਮ ਜਿਹੜਾ ਰੌਸ਼ਨ ਕੀਤਾ ਪਿੰਡ ਦਾ? ਸਾਨੂੰ ਬਹੁਤ ਮਾਣ ਆ ਜੀ, ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਉਹਨਾਂ ਨੇ ਜੀ, ਤੇ ਕਲਾਕਾਰੀ 'ਚ ਉਹਨਾਂ ਨੇ ਆਪਦਾ ਨਾਮ ਕਮਾਇਆ ਜੀ, ਪਿੰਡ ਦਾ ਨਾਮ ਕਮਾਇਆ ਜੀ। ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਦੇ ਬਣਾਏ ਗਾਣੇ ਜਿਹੜੇ ਕਿਸਾਨੀ ਅੰਦੋਲਨ ਨੂੰ ਲੈ ਕੇ, ਖਾਸ ਕਰ ਜਿਹੜੇ ਆ ਪਿਛਲੇ ਕੁਝ ਸਮੇਂ 'ਚ ਬਣਾਏ ਨੇਗੇ, ਉਹ ਹਰ ਇੱਕ ਜਗ੍ਹਾ 'ਤੇ ਜਦੋਂ ਵੱਜਦੇ ਸੀਗੇ ਤੇ ਬਹੁਤ ਸੋਹਣੇ ਗਾਣੇ ਉਹਨਾਂ ਨੇ ਉਹ ਲਿਖੇ। ਹਾਂਜੀ, ਬਹੁਤ ਸੋਹਣੇ ਗਾਣੇ ਲਿਖੇ ਉਹਨਾਂ ਨੇ, ਬਹੁਤ ਖੁਸ਼ੀ ਹੋਈ ਸਾਨੂੰ ਇਹ ਗੱਲ ਦੀ। ਹਾਂਜੀ।
मेरे पिछे तुसी देख सकते हो कि सरकारी प्राइमरी स्कूल चीमा जिला संगरूर हैगा ते यह हरफ चीमे दे पिंड दा स्कूल हैगा। दस दिए कि पिंड चीमा पहुँचे होएंगे संगरूर जिले दा पिंड चीमा ते जिथे हरफ चीमे दा जन्म हुंदा हैगा ते गलियां इन्नियां पिंड दियां ते बीबियां साडे नाल ने इन्हां दे नाल गलबात कर लैने। सत श्री अकाल जी। सत श्री अकाल जी। हरफ चीमा थोड़े पिंड दा हैगा ते किवें लगदी है उहदी गायकी? हांजी वधिया, बहुत वधिया गई, बहुत वधिया गाणे सुण, वधिया साऊ मुंडा है, वधिया साडे पिछले पासे है, गलबात की बीबी जी के बहुत वधिया जिहड़ी गायकी उन्हां नूं हरफ चीमे दी लगदी है कि उम्मीद वीडियो तुहानूं पसंद आई होनी आएगी। बहुत लोगों के नाल गलबात की है, हरफ चीमे के पिंड के लोगों के नाल गलबात की, उन्होंने दस्सिया कि कदों जिहड़ा हरफ चीमे ने गाना शुरू किया ते किहड़े किहड़े गाने जिहड़े उन्होंने आए ने किसानी अंदोलन में बहुत वड्डा जिहड़ा उन्होंने योगदान पाया है। तो उम्मीद है वीडियो तुहानूं पसंद आई होनी, वीडियो नूं वध तों वध शेयर लाइक कमेंट जरूर कर देना ते नाल ही चैनल नूं भी सबसक्राइब जरूर कर देना।